इस वन टू वन शो के स्वागत है। इस शो च अज साडे मेहमान ने के पी एस गिल, वो दो वरी पंजाब च डी जी पी रह चुके हैं। उन्होंने सारे मुल्क दे विच पंजाब च टेररिज्म नू खत्म करन वास्ते जाने जांदा वा। उन्हां ते लगातार ह्यूमन राइट्स वायोलेशन दे आरोप भी लगते आ रहे हैं। अज असीं उन्हां नाल पंजाब च टेररिज्म उन्होंने किवें खत्म की और उन्होंने जिहड़े उन्होंने जिहड़े ह्यूमन राइट्स वायोलेशन दे आरोप लग रहे हैं उन्होंने बारे उन्होंने की कहना वा, इन्हां सारियां गल्लां बारे असीं उन्हां नाल चर्चा करन जा रहे हैं। गिल साहब, इस शो दे विच तुहाडा बहुत बहुत स्वागत है जी। थैंक यू। जिहड़ा पिछे जे दीनानगर गुरदासपुर च अतवादी हमला होया वा, ਤੁਹਾਨੂੰ ਲੱਗਦਾ ਵਾ ਟੈਰਰਿਜ਼ਮ ਜਿਹੜੀ ਆ ਅੱਤਵਾਦ ਪੰਜਾਬ 'ਚ ਵਾਪਸ ਆ ਰਿਹਾ ਵਾ, ਉਹਦੀ ਇਹ ਨਿਸ਼ਾਨੀ ਆ ਕੋਈ? ਨਹੀਂ, ਇਸ 2-3 ਗੱਲਾਂ ਸਾਨੂੰ ਸੋਚਣੀਆਂ ਚਾਹੀਦੀਆਂ ਜੀ। ਪਹਿਲਾਂ ਤਾਂ ਸਾਰੇ ਓਬਜ਼ਰਵਰ ਉੱਠ ਕੇ ਕਹਿਣ ਲੱਗਦੇ ਆ ਕਿ ਟੈਰਰਿਜ਼ਮ ਵਾਪਸ ਆ ਰਿਹਾ। ਉਸ ਤੋਂ ਇਹ ਜ਼ਾਹਿਰ ਹੁੰਦਾ, ਇਹ ਇਨਫਰੈਂਸ ਡਰਾਅ ਕਰ ਸਕਦਾ ਆਦਮੀ ਕਿ ਪੰਜਾਬ 'ਚ ਲੋਕ ਬੈਠੇ ਕਿ ਟੈਰਰਿਜ਼ਮ ਵਾਪਸ ਆ ਗਏ, ਪੰਜਾਬ 'ਚ ਐਸਾ ਤਬਕਾ ਹੈ ਜੋ ਵਾਪਸ ਲਾਉਣਾ ਚਾਹੁੰਦਾ। ਮੇਰੀ ਅਸੈਸਮੈਂਟ ਹੈ ਕਿ ਐਸਾ ਤਬਕਾ ਕੋਈ ਨਹੀਂ ਔਰ ਪੰਜਾਬ 'ਚ ਟੈਰਰਿਜ਼ਮ ਵਾਪਸ ਨਹੀਂ ਆ ਸਕਦਾ, ਜੋ ਮਰਜ਼ੀ ਕੋਸ਼ਿਸ਼ ਕਰ ਲਾ। ਔਰ ਇਸ ਅਟੈਕ ਨੂੰ ਪੰਜਾਬ 'ਚ ਟੈਰਰਿਜ਼ਮ ਵਾਪਸ ਲਿਆਉਣ ਲਈ ਇਨਫਰੈਂਸ ਡਰਾਅ ਕਰਨਾ ਇਜ਼ ਟੋਟਲੀ ਰੋਂਗ, ਟੋਟਲੀ ਰੋਂਗ। ਵੈਸੇ ਜਿਹੋ ਜਿਹੀ ਤਿਆਰੀ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਨੇ ਕੀਤੀ ਆ ਜੇ ਅੱਤਵਾਦ ਦੇ ਕੁਝ ਇਹੋ ਜਿਹੇ ਇੰਸੀਡੈਂਟ ਹੁੰਦੇ ਆ, ਤੁਸੀਂ ਉਹਦੇ ਬਾਰੇ ਤੁਸੀਂ ਸੈਟਿਸਫਾਈਡ ਜੇ ਵੀ ਜਿਹੋ ਜਿਹੀ ਤਿਆਰੀ ਇਹਨਾਂ ਨੇ ਕੀਤੀ ਆ? ਤਿਆਰੀ ਜਿਹੜੀ ਕੀਤੀ ਆ ਠੀਕ ਆ, ਕਿਉਂਕਿ ਇਸੇ ਇੰਸੀਡੈਂਟ ਦੇ ਵਿੱਚ ਇਹਨਾਂ ਨੇ ਦਿਖਾਤਾ ਕਿ ਕਿਸ ਤਰ੍ਹਾਂ ਦੀ ਤਿਆਰੀ ਹੈਗੀ। ਲੇਕਿਨ ਇਕੁਇਪਮੈਂਟ ਦੀ ਕਮੀ ਆ, ਜਿਹੋ ਜਿਹਾ ਇਕੁਇਪਮੈਂਟ ਹੋਣਾ ਚਾਹੀਦਾ ਸੀ ਉਹ ਨਹੀਂ ਸੀ, ਇਸ ਲਈ ਟਾਈਮ ਲੱਗਿਆ, ਇਸ ਲਈ ਉਹ ਤਿੰਨੋਂ ਮਾਰੇ ਗਏ ਜੀ। ਜੇ ਇਫ ਦੇ ਹੈਡ ਬੀਨ ਅਰੈਸਟਡ ਅਲਾਈਵ, ਤਾਂ ਡੀ ਜੀ ਪੰਜਾਬ ਨੇ ਕਿਹਾ ਹੈ ਕਿ ਅਸੀਂ ਕੋਸ਼ਿਸ਼ ਕਰ ਰਹੇ ਸੀ ਕਿ ਉਹਨਾਂ ਨੂੰ ਜ਼ਿੰਦਾ ਪਕੜ ਲਿਆ ਜਾਵੇ, ਤਾਂ ਬਹੁਤ ਕੁਛ ਨਿਕਲਣਾ ਸੀ। ਬਿਲਕੁਲ ਪੂਰੀ ਜਿਹੜੀ ਉਹਨਾਂ ਦੀ ਪਲਾਨ ਸੀ ਉਹ ਸਾਹਮਣੇ ਆ ਜਾਂਦੀ। ਹੁਣ ਮੈਨੀ ਥਿੰਗਸ ਆਰ ਹਿਡਨ ਬਿਕੋਜ਼ ਦੇ ਆਰ ਡੈਡ। ਤੁਹਾਨੂੰ ਲੱਗਦਾ ਜੇ ਇਹ ਓਪਰੇਸ਼ਨ ਆਰਮੀ ਨੂੰ ਦਿੱਤਾ ਜਾਂਦਾ ਤਾਂ ਸ਼ਾਇਦ ਉਹਨਾਂ ਨੂੰ, ਕਿਉਂਕਿ ਆਰਮੀ ਕੋਲ ਇਕੁਇਪਮੈਂਟ ਬੈਠਾ ਰਿਹਾ ਤਾਂ ਸ਼ਾਇਦ ਇਹ ਜ਼ਿੰਦਾ ਫੜੇ ਜਾਂਦੇ ਔਰ ਕਾਫੀ ਇਨਫੋਰਮੇਸ਼ਨ ਨਿਕਲ ਸਕਦੀ ਸੀ ਉਹਨਾਂ ਤੋਂ? ਉਹ ਕਹਿਣਾ ਮੁਸ਼ਕਿਲ ਹੈ। ਔਰ ਇਹ ਜਿਹੜੀ ਇੱਕ ਦਿੱਲੀ ਸਰਟਨ ਸੈਕਸ਼ਨ 'ਚ ਜੀ ਇਹ ਸੋਚ ਜਿਹੜੀ ਪੈਦਾ ਹੋਈ ਹੈ ਕਿ ਇਹੋ ਜਿਹੇ ਓਪਰੇਸ਼ਨ ਆਰਮੀ ਨੂੰ ਦਿੱਤੇ ਜਾਣ, ਇਟਸ ਰੋਂਗ, ਟੋਟਲੀ ਰੋਂਗ ਥੋਟ ਪ੍ਰੋਸੈਸ, ਕਿਉਂਕਿ ਆਰਮੀ ਇਜ਼ ਨੋਟ ਐਵਰੀਵੇਅਰ, ਪੁਲਿਸ ਇਜ਼ ਐਵਰੀਵੇਅਰ, ਪੁਲਿਸ ਇਜ਼ ਦ ਫਸਟ ਰਿਸਪੋਂਡਰ ਆਲਵੇਜ਼, ਰਾਈਟ, ਪੀਪਲ ਕਮ ਟੂ ਦ ਪੁਲਿਸ ਸਟੇਸ਼ਨ, ਜੋ ਵੀ ਲੋਕ ਕਹਿੰਦੇ ਸੋਚਦੇ ਹੋਣ ਪੁਲਿਸ ਸਟੇਸ਼ਨ ਦੇ ਬਾਰੇ। ਔਰ ਇਹ ਤਾਂ ਆਪ ਹੀ ਪੁਲਿਸ ਸਟੇਸ਼ਨ ਹੀ ਆਏ ਸੀ, ਅੱਤਵਾਦੀ ਪੁਲਿਸ ਸਟੇਸ਼ਨ ਆ ਗਏ, ਦੇ ਕੇਮ ਟੂ ਦ ਪੁਲਿਸ ਸਟੇਸ਼ਨ। ਤੋ ਇਸ ਲਈ ਇਟਸ ਅ ਰੋਂਗ ਪੋਲਿਸੀ ਜਿਹੜੀ ਅਡੋਪਟ ਹੋਈ, ਔਰ ਦੀ ਅਰਲੀਅਰ ਵੀ ਗੈਟ ਅਵੇ ਫਰੋਮ ਦੈਟ ਪੋਲਿਸੀ ਦ ਬੈਟਰ। ਗਿੱਲ ਸਾਹਿਬ, ਤੁਸੀਂ ਪੰਜਾਬ ਦੇ ਵਿੱਚ ਬੜੇ ਉੱਚੇ ਅਹੁਦਿਆਂ 'ਤੇ ਰਹੇ ਜੇ, ਦੋ ਵਾਰੀ ਡੀ ਜੀ ਪੀ ਬਣੇ, ਉਸ ਤੋਂ ਬਾਅਦ ਦੋ ਰਾਜਾਂ ਦੇ ਤੁਸੀਂ ਐਡਵਾਈਜ਼ਰ ਵੀ ਬਣੇ, ਕਹਿਣ ਦਾ ਭਾਵ ਹੈ ਵੀ ਬੜੇ ਉੱਚੇ ਅਹੁਦਿਆਂ 'ਤੇ ਰਹੇ ਜੇ, ਹੁਣ ਅੱਜ ਕੱਲ੍ਹ ਆਪਣੀ ਰਿਟਾਇਰਡ ਲਾਈਫ ਕਿਵੇਂ ਤੁਸੀਂ ਬਤੀਤ ਕਰ ਰਹੇ ਜੇ? ਰਿਟਾਇਰਡ ਲਾਈਫ, ਇੱਕ ਤਾਂ ਆਈ ਗੈਟ ਇਨਵਾਈਟਿਡ ਟੂ ਸੈਮੀਨਾਰਸ ਸਪੈਸ਼ਲੀ ਔਨ ਟੈਰਰਿਜ਼ਮ। I had gone to Sri Lanka also to advise them. So I write and do a bit of reading. That's about all. ਜਿਹੜੀ ਇੰਡੀਅਨ ਹਾਕੀ ਫੈਡਰੇਸ਼ਨ ਨਾਲ ਤੁਹਾਡੀ ਐਸੋਸੀਏਸ਼ਨ ਸੀ, ਉਹ ਹਾਲੇ ਵੀ ਕਾਇਮ ਹੈ ਜਾਂ ਛੱਡਤਾ ਉਹਨੂੰ ਬਿਲਕੁਲ? ਇੰਡੀਅਨ ਹਾਕੀ ਫੈਡਰੇਸ਼ਨ ਨਾਲ ਮੇਰੀ ਐਸੋਸੀਏਸ਼ਨ ਹੈ, ਬਟ ਇੰਡੀਅਨ ਹਾਕੀ ਫੈਡਰੇਸ਼ਨ ਇਜ਼ ਨੋਟ ਰੈਕਗਨਾਈਜ਼ਡ ਬਾਈ ਦ ਵਰਲਡ ਬੋਡੀ ਜੀ। That is one hockey India or something that is recognized. So, ਉਹਦਾ ਕੇਸ ਚੱਲ ਰਿਹਾ, so let us see what happens. ਵੈਸੇ ਆਪਾਂ ਰੀਓ ਓਲੰਪਿਕਸ ਵਾਸਤੇ ਕੁਆਲੀਫਾਈ ਤਾਂ ਕੀਤਾ, ਪਰ ਤੁਹਾਨੂੰ ਲੱਗਦਾ ਵਾ ਵੀ ਕੋਈ ਦੁਬਾਰਾ ਹਾਕੀ ਦਾ ਰਿਵਾਈਵਲ ਦੇ ਚਾਂਸਿਸ ਹੈ ਵਾ, ਕੋਈ ਜਿਵੇਂ ਹਾਲਾਤ ਇਸ ਵੇਲੇ ਬਣੇ ਆ?
hockey revival is you see hun jehde naye rules bane hain referral and every break every 15 minutes with these rules we should be in the semi finals we should be in the semi finals least okay because they go in our favor mainu yaad hai kinni wari sade jehde umpiring si sade against hoyi ji atlanta olympics de vich we would surely have been in the semi finals even in the last olympics where we had participated as IHF we should have been in the semi finals but umpiring errors kept us out so jab referee hunda oh error fir samne aa jandi hai ji so because we were not in the top so people started losing interest ਜਿਸ ਤਰ੍ਹਾਂ ਕ੍ਰਿਕਟ 'ਚ ਹੋਣ ਵਾਲਾ ਸੀ ਜੇ ਕ੍ਰਿਕਟ 'ਚ ਅਸੀਂ ਵਿਕਟਰੀ ਪਾਸ ਦੇ ਦੁਬਾਰਾ ਉਸ 'ਚ ਨਹੀਂ ਐਂਟਰ ਕਰਦੇ ਪੀਪਲ ਵੁੱਡ ਹੈਵ ਸਟਾਰਟਡ ਲੂਜ਼ਿੰਗ ਇੰਟਰਸਟ ਸੋ ਇਹ ਜਿਹੜੇ ਨਵੇਂ ਰੂਲਸ ਹੈ ਇਹਨਾਂ 'ਚ ਸਾਡਾ ਇੰਟਰਸਟ ਸਾਡੀ ਜਿਹੜੀ ਪੋਜੀਸ਼ਨ ਆ ਉਹ ਬੈਟਰ ਹੋਣੀ ਚਾਹੀਦੀ ਐਂਡ ਪੀਪਲਸ ਇੰਟਰਸਟ ਇਨ ਹਾਕੀ ਸ਼ੁੱਡ ਰਿਵਾਈਵ ਰਾਈਟ ਟਾਕਿੰਗ ਆਫ ਪੰਜਾਬ ਅਗੇਨ ਤੁਸੀਂ ਇੱਥੇ ਬਹੁਤ ਦੇਰ ਡੀ ਜੀ ਪੀ ਰਹੇ ਰਿਟਾਇਰਮੈਂਟ ਤੋਂ ਬਾਅਦ ਕੁਝ ਇੰਟਰੋਸਪੈਕਸ਼ਨ ਕੀਤੀ ਹੋਊ ਅੰਤਰਦਰਸ਼ਨ ਆਤਮਚੀਨਣ ਕੀਤਾ ਹੋਊਗਾ ਕੀ ਲੱਗਦਾ ਵਾ ਵੀ ਜੋ ਤੁਸੀਂ ਇੱਥੇ ਕੀਤਾ ਉਹ ਬਿਲਕੁਲ ਠੀਕ ਤਰੀਕੇ ਨਾਲ ਕੀਤਾ ਕਿ ਕੁਝ ਹੋਰ ਵੀ ਕੀਤਾ ਜਾ ਸਕਦਾ ਸੀ ਬਤੌਰ ਡੀ ਜੀ ਪੀ ਬਤੌਰ ਡੀ ਜੀ ਪੀ ਹੋਰ ਜ਼ਿਆਦਾ ਨਹੀਂ ਕੀਤਾ ਜਾ ਸਕਦਾ ਸੀ ਲੇਕਿਨ ਆਤਮ ਚਿੰਤਨ 'ਚ ਮੈਨੂੰ ਜਿਹੜੀ ਚੀਜ਼ ਜ਼ਾਹਿਰ ਹੋਈ ਹੈ ਕਿ ਜਿਸ ਤਰ੍ਹਾਂ ਪੰਜਾਬ ਨੂੰ ਪੋਲੀਟੀਕਲੀ ਹੈਂਡਲ ਕਰਨਾ ਚਾਹੀਦਾ ਸੀ ਉਸ ਤਰ੍ਹਾਂ ਪੰਜਾਬ ਪੋਲੀਟੀਕਲੀ ਹੈਂਡਲ ਨਹੀਂ ਹੋਇਆ ਉਸ 'ਚ ਡਿਫੈਕਟ ਪੋਲੀਟੀਕਲ ਲੀਡਰਸ਼ਿਪ ਦਾ ਸੀ ਚਾਹੇ ਕਾਂਗਰਸ ਹੋਵੇ ਚਾਹੇ ਬੀ ਜੇ ਪੀ ਹੋਵੇ ਚਾਹੇ ਸੀ ਪੀ ਐੱਮ ਹੋਵੇ ਚਾਹੇ ਸੀ ਪੀ ਆਈ ਹੋਵੇ ਦੇ ਮੇਡ ਮੈਨੀ ਬਲੰਡਰਸ ਐਂਡ ਪੀਪਲ ਸਫਰਡ ਬਿਕੋਜ਼ ਆਫ ਦੋਜ਼ ਬਲੰਡਰਸ starting from say the 50s handling of Punjabi Sibha movement then ultimately Punjabi Sibha declare karna it was all a mess jis tarah neatly is cheezan tackle karni chahiye si ite jehdi Punjab di leadership hai ohda kinna ka role hai ji jo tusi keh rahe ho bahut zyada role ਬਹੁਤ ਜ਼ਿਆਦਾ ਰੋਲ ਹੈ ਖਾਸ ਕਰ ਆਈ ਵੁੱਡ ਸੇ ਦੀ ਜਿਹੜੀ ਲੀਡਰਸ਼ਿਪ ਵਾਜ ਕਲੇਮਿੰਗ ਦੈਟ ਇਟ ਰਿਪ੍ਰਜੈਂਟਡ ਦੀ ਐਸਪੀਰੇਸ਼ਨਸ ਆਫ ਦ ਸਿੱਖਸ ਦੈਟ ਹੈਜ਼ ਮੇਡ ਵੈਰੀ ਕਰੂਸ਼ਲ ਬਲੰਡਰਸ ਜੀ ਬਿਕੋਜ਼ ਦ ਵੇ Sikhs were relevant to the country and I would say relevant even internationally today they are not they may take out processions here and there but the advent of Bhindranwala has made them totally irrelevant because they went into the Bhindranwala path ਜਿਹੜਾ ਉਹ ਫੇਜ਼ ਹੋਇਆ ਤੁਸੀਂ ਭਿੰਡਰਾਂਵਾਲੇ ਦੀ ਗੱਲ ਕੀਤੀ ਆ ਉਹਦੇ ਲਈ ਕੌਣ ਜ਼ਿੰਮੇਵਾਰ ਆ ਕਿਉਂਕਿ ਜੇ ਸਰਕਾਰ ਗਵਰਨਮੈਂਟ ਆਫ ਇੰਡੀਆ ਉਦੋਂ ਪ੍ਰੋਪਰਲੀ ਇੰਟਰਵੀਨ ਕਰਦੀ ਮੰਗਾਂ ਮੰਨੀਆਂ ਜਾਂਦੀਆਂ ਅਕਾਲੀ ਦਲ ਦੀਆਂ ਸਹੀ ਟਾਈਮ 'ਤੇ ਮੰਨੀਆਂ ਜਾਂਦੀਆਂ ਅਤੇ ਸ਼ਾਇਦ ਇਹ ਸਭ ਕੁਛ ਹੋਣਾ ਹੀ ਨਹੀਂ ਸੀ ਮੰਗਾਂ ਕੀ ਸੀ ਮੈਨੂੰ ਯਾਦ ਆ ਅਸੀਂ ਆਈ ਵਾਜ਼ ਸਪੀਕਿੰਗ ਇਨ JNU ਅਤੇ ਉੱਥੇ ਇੱਕ ਉਹਨਾਂ ਦਾ ਅਸਿਸਟੈਂਟ ਪ੍ਰੋਫੈਸਰ ਔਰ ਸੰਬੜੀ ਕਿ ਪੰਜਾਬ ਦੀਆਂ ਮੰਗਾਂ ਸੀ ਮੈਂ ਕਿਹਾ ਕੀ ਸੀ ਮੰਗਾਂ ਹੀ ਗੁਨ ਟੈਲ ਮੀ ਬਟ ਦਿਸ ਵਾਜ਼ ਦੱਸਿੰਗ ਕਿ ਪੰਜਾਬ ਦੀਆਂ ਮੰਗਾਂ
ਵਰ ਦੇ ਓਰੀਐਂਟਡ ਕਿ ਲੋਕਾਂ ਦੀ ਜਿਹੜੇ ਹਾਲਾਤ ਸੀ ਉਹ ਠੀਕ ਹੋਣ, ਕਿ ਇੱਕ ਵਿਸ਼ੂਅਲ ਥਿੰਕਿੰਗ ਜੀ ਕਰਕੇ ਇੱਕ ਮੰਗਾਂ ਖੜੀਆਂ ਕੀਤੀਆਂ ਗਈਆਂ ਸੀ। ਆਈ ਰਿਮੈਂਬਰ ਯੂ ਸੀ ਪੰਜਾਬੀਜ਼ ਆਰ ਵੈਰੀ ਵਾਈਬ੍ਰੈਂਟ ਪੀਪਲ ਔਰ ਉਹਨਾਂ ਦੇ ਜਿਹੜੇ ਐਸਪੀਰੇਸ਼ਨਸ ਆ ਦੇ ਮੱਚ ਮੋਰ ਦੈਨ ਰੈਸਟ ਆਫ ਦ ਕੰਟਰੀ, ਬਟ ਦੋਜ਼ ਐਸਪੀਰੇਸ਼ਨਸ ਕੁਡ ਨਾਟ ਬੀ ਸੈਟਿਸਫਾਈਡ ਐਂਡ ਪਾਰਡਨ ਮਾਈ ਸੇਇੰਗ ਸੋ ਦੀ ਅਕਾਲੀਜ਼ ਨੈਵਰ ਰੈਪ੍ਰਜੈਂਟਡ ਦੋਜ਼ ਐਸਪੀਰੇਸ਼ਨਸ, ਦੇ ਰੈਪ੍ਰਜੈਂਟਡ ਰਿਲੀਜੀਅਸ ਸੋਰਟ ਆਫ ਅ ਥਿੰਗ। ਸ਼ਾਇਦ ਪ੍ਰੋਗਰੈਸਿਵ ਵਿਚਾਰਧਾਰਾ ਨੂੰ ਰੈਪ੍ਰਜੈਂਟ ਨਹੀਂ ਉਹਨਾਂ ਕੀਤਾ। ਪ੍ਰੋਗਰੈਸਿਵ ਲਫਜ਼ ਛੱਡੋ, ਉਹ ਵਿਚਾਰਧਾਰਾ ਵਿਚ ਵਾਸ ਸੂਟੇਬਲ ਫੋਰ ਦੀ ਸਟੇਟ ਐਂਡ ਫੋਰ ਦਾ ਪੀਪਲ ਆਫ ਦ ਸਟੇਟ, ਵਾਸ ਨੈਵਰ ਫਾਰਮੂਲੇਟਡ ਬਾਈ ਐਨੀ ਪੋਲੀਟੀਕਲ ਪਾਰਟੀ। ਰਾਈਟ, ਤੁਸੀਂ ਤੁਹਾਡੀ ਮੈਂ ਟੈਨਿਓਰ ਦੀ ਗੱਲ ਕਰਨੀ ਚਾਹੁੰਦਾ ਵਾਂ, ਤੁਹਾਨੂੰ ਕੀ ਲੱਗਦਾ ਵਾ ਕਿ ਤੁਹਾਡੀ ਪੰਜਾਬ ਦੀ ਟੈਨਿਓਰ ਦਾ ਹਾਈ ਪੁਆਇੰਟ ਕੀ ਸੀ? ਆਪਰੇਸ਼ਨ ਬਲੈਕ ਥੰਡਰ 88 ਜਿਹੜਾ ਹੋਇਆ ਜਾਂ ਕੁਝ ਹੋਰ? ਆਪਰੇਸ਼ਨ ਬਲੈਕ ਥੰਡਰ ਵਾਸ ਅ ਵੈਰੀ ਸਮਾਲ ਆਪਰੇਸ਼ਨ। ਮੈਨੂੰ ਯਾਦ ਹੈ ਜਦੋਂ ਪਹਿਲੀ ਮੀਟਿੰਗ ਹੋਈ ਤੇ ਉੱਥੇ ਸਾਰੇ ਬੈਠੇ ਸੀ, ਪ੍ਰਾਈਮ ਮਿਨਿਸਟਰ ਵਾਸ ਦੇਅਰ, ਹੋਮ ਚਿਦੰਬਰਮ ਵਾਸ ਦੇਅਰ ਜੀ, ਮਿਸਟਰ ਬੂਟਾ ਸਿੰਘ ਵਾਸ ਨਾਟ ਦੇਅਰ ਐਂਡ ਗਵਰਨਰ ਵਾਸ ਦੇਅਰ। ਤੋ ਸਡਨਲੀ ਅ ਮੈਪ ਆਫ ਦਾ ਗੋਲਡਨ ਟੈਂਪਲ ਵਾਸ ਪ੍ਰੋਡਿਊਸਡ ਔਨ ਦਾ ਟੇਬਲ ਅਤੇ ਕਹਿੰਦੇ ਕੀ ਕੀਤਾ ਜਾਵੇ। The people, participants were silent around the table, all silent. So ma'am, I was a junior most officer there. I said, may I say something? And they, huh? Main kya, you look at this map, these are three rectangles. One we have always entered. Second, we have entered rarely, but with lot of shall we say reluctance, not reluctance, there will be lot of uske against bada sentiment hota. And the third, the sanctum sanctorum, is barred. So I suggested that we enter the first, we enter the second, third we know where the strong points are. We surreptitiously radio and we deal with the terrorists, and if we can if there is not strong objection to that, then we revise our plans. Otherwise we had an exit plan that we have neutralize the people who shot Virk, and that way. So then Mr. Rajiv Gandhi asked, what should we call it? What should this plan be called? He accepted it. So then he went around again. No, he said, okay, we'll call it the Gill plan. So for the first 15-20 days, the Operation Black Thunder 2 was the Gill plan. And then the Delhi people wanted to interfere. Then there were other claimants. The then DC has written a book. That's right. So if you think this was a small operation, then tadi tenure the high point ki si fir? Tenure the high point si when the terrorists surrendered in large numbers. And thereafter they sent a message. Unhone message bheja ki give us a way out. So that we can save face. ਇੱਕ ਇਹੋ ਜਿਹੀ ਕੋਈ ਸਾਨੂੰ ਸੋ ਆਈ ਸੈਂਡ ਦ ਮੈਸੇਜ ਟੂ ਡੈਲੀ ਦ ਮੈਸੇਜ ਵਾਸ ਸੈਂਡ ਇਨ ਮਾਰਚ 89 ਔਰ ਮੇ ਬੀ ਅ ਲਿਟਲ ਅਰਲੀਅਰ ਰਾਈਟ ਨੋ ਰਿਪਲਾਈ ਕੇਮ ਟਿਲ ਆਗਸਟ
Then they said that there are the elections. We'll wait for the elections. And you know what the elections did. So, us vele vi ida matlab politics khedi ja rahi si. Bilkul. To us to baad fir tanu ki lagda va ki tadi jinni ithe tenure rahi aa. ਉਹਦਾ ਕੋਈ ਲੋਅ ਪੁਆਇੰਟ ਵੀ ਆਇਆ ਕਿਉਂਕਿ ਇੱਕ ਇੱਕ ਸਮਾਂ ਸੀ ਜਦੋਂ ਗਵਰਨਰ ਸੀ ਇੱਥੇ ਵਰਿੰਦਰ ਵਰਮਾ ਉਹਨਾਂ ਨਾਲ ਤੁਹਾਡੀ ਅਣਬਣ ਸੀ ਤੁਸੀਂ ਚਲੇ ਵੀ ਗਏ ਉਦੋਂ ਜਾਂ ਹੋਰ ਵੀ ਕੋਈ ਇਹੋ ਜਿਹਾ ਪੁਆਇੰਟ ਆਇਆ ਜਦੋਂ ਤੁਸੀਂ ਬਹੁਤ ਯੂ ਨੋ ਅਨਕੰਫਰਟੇਬਲ ਸੀ ਜਾਂ ਤੰਗ ਆਏ ਇੱਥੇ ਰਹਿ ਕੇ ਇਸ ਅਨਕੰਫਰਟੇਬਲ ਆਈ ਫੈਲਟ ਕਿ ਆਈ ਵਾਸ ਰਿਮੂਵਡ ਬਾਈ ਮਿਸਟਰ ਚੰਦਰਸ਼ੇਖਰ ਸੋ ਆਈ ਵਾਸ ਸਿਟਿੰਗ ਐਟ ਹੋਮ ਆਈ ਵਾਸ ਡੀ ਜੀ ਸੀ ਆਰ ਪੀ ਐਫ ਵੈਰੀ ਗੁੱਡ ਜੋਬ You have all India, shall we say, responsibility. Aur changi badi trained, changi trained force bhi hai. Trained force hai. And you keep yourself engaged. Ji. But there are no day-to-day things there. I was enjoying the job. I was raising new battalions. I did. Ji. So. Suddenly Chandrasekhar's phone came on the racks, or phone Joe. I picked up, Gill, this is Chandrasekhar. I said, sir, can you see me? I said, yes. He said, what to do in Punjab? So I had a dig at him. I said, I told you not to transfer me. So Tralnu transfer karke, the fir tainu puch reha bhi ki karna chahida. So I met Chandrasekhar, I met the cabinet secretary, I met the home secretary. I said, as DG CRPF, I'll go back and tell them what to do. But my mistake was that I didn't take it in writing. Okay. Because I've worked on trust. So baad phir Punjab de officers jehde the si. They made a lot of noise, the senior officers, some of them, the advisors and things like that. But that was later on sorted. So basically, itthon jehda tanu remove kita ek vele, oh tanu lagda vi tada, that was not in the right good taste. No, I was quite happy that I, then they wanted me to come back. I said, I'm sorry, I won't come back. I said, the way you removed me last time, I'm not interested. Because they said, okay, you run the elections. I run the elections in Assam against tremendous opposition. Ji. But then you came back in 1991. Tanu, Gil sahab, 2002 in Gujarat, 2006 in Chhattisgarh. Kashmir nahi tusi gaye. ਕੀ ਭੇਜਿਆ ਨਹੀਂ ਗਿਆ ਜਾਂ ਤੁਸੀਂ ਜਾਣਾ ਨਹੀਂ ਸੀ ਚਾਹੁੰਦੇ ਕਿ ਇਹ ਇੱਕ ਰਿਗਰੈਟ ਰਹਿ ਗਈ ਲਾਈਫ ਦੀ ਵੀ ਕਸ਼ਮੀਰ ਦੇ ਵਿੱਚ ਤੁਸੀਂ ਸਰਵ ਨਹੀਂ ਕੀਤਾ ਐਸ ਡੀ ਜੀ ਪੀ ਔਰ ਸੀਨੀਅਰ ਕਸ਼ਮੀਰ ਭੇਜਿਆ ਨਹੀਂ ਗਿਆ ਭੇਜਿਆ ਨਹੀਂ ਮੈਂ ਆਈ ਥਿੰਕ ਦਿਸ ਵਾਸ 93 ਮਾਈ ਮੈਟ ਮਿਸਟਰ ਰਾਜੇਸ਼ ਪਾਇਲਟ ਹੀ ਸਡਨਲੀ ਰੇਜ਼ਡ ਦ ਕੁਐਸਚਨ ਮੈਂ ਕਿਹਾ ਹੁਣ ਟੈਰਰਿਜ਼ਮ ਤਾਂ ਖਤਮ ਹੋ ਗਿਆ ਪੰਜਾਬ 93 ਸੋ Give me some other posting. He said, you go to Manipur as governor. I said, no. What will I do as a governor? It's a constitutional post. And once you have a elected government in position, then the governor has nothing much to do. I said, you send me as DGP, J&K. So he said, who will come as DG Punjab? So we started looking at the names and the thing. And we spoke to various officers there and then. One officer we spoke to said, I want to be there for 3 years. I don't want political interference. He raised many conditions. So I said, let him be. He'll be of no use. Later on, he raised this, that I had said these, raised these conditions. I didn't tell him that I was there when this. So, ultimately, Pilot agreed. He said, okay, for Punjab, we'll find somebody.
And I met the then Prime Minister, Mr. Narasimha Rao, at about 10 o'clock. Next morning, he was going to France. So the date can be established. So he told the pilot that you give me a note. So pilot sent him a note the next morning, on which he wrote, approved, show HM. So if pilot proposes, Chauhan disposes. Okay. So ਤੁਹਾਨੂੰ ਲੱਗਦਾ ਵਾ ਕਿ ਕਸ਼ਮੀਰ 'ਚ ਤੁਸੀਂ ਵਾਕਈ ਕੋਈ ਭੂਮਿਕਾ ਨਿਭਾ ਸਕਦੇ ਸੀ ਕਿਉਂਕਿ ਕਸ਼ਮੀਰ ਇੱਕ ਵੱਖਰੀ ਸਿਚੁਏਸ਼ਨ ਆ ਉੱਥੇ ਪਾਕਿਸਤਾਨ ਦੀ ਇੰਟਰਫੇਰੈਂਸ ਕਿਤੇ ਜ਼ਿਆਦਾ ਵਾ ਬਾਕੀ ਥਾਵਾਂ ਨਾਲ ਇੱਥੇ ਵੀ ਪਾਕਿਸਤਾਨ ਦੀ ਇੰਟਰਫੇਰੈਂਸ ਯੂ ਕੁਡ ਹੈਵ ਮੇਡ ਅ ਡਿਫਰੈਂਸ ਵੀ ਕੁਡ ਹੈਵ ਆਈ ਕੁਡ ਹੈਵ ਮੇਡ ਆਈ ਸਟਿਲ ਫੀਲ ਇਟਸ ਮਾਈ ਬਿਗੇਸਟ ਰਿਗਰੈਟ ਇਨ ਲਾਈਫ ਦੈਨ ਦ ਪੀਪਲ ਹੂ ਵਰ ਦ ਸਬੋਟੇਅਰਸ ਵਰ ਮੈਨੀ Many indeed. ਗਿੱਲ ਸਾਹਿਬ ਤੁਹਾਡੇ ਤੋਂ ਕਾਫੀ ਜੂਨੀਅਰ ਲੋਕਾਂ ਨੂੰ ਵੀ ਜਿਹਨਾਂ ਨੇ ਤੁਹਾਡੇ ਥੱਲੇ ਸਰਵ ਕੀਤਾ ਸੀਗਾ ਉਹਨਾਂ ਨੂੰ ਵੀ ਗਵਰਨਰ ਲਾਇਆ ਗਿਆ ਤੁਹਾਨੂੰ ਠੀਕ ਹੈ ਪਦਮਸ਼੍ਰੀ ਜ਼ਰੂਰ ਦਿੱਤਾ ਐਡਵਾਈਜ਼ਰ ਵੀ ਲਾਇਆ ਗਿਆ ਦੋ ਤਿੰਨ ਥਾਵਾਂ 'ਤੇ ਲੇਕਿਨ ਗਵਰਨਰ ਉਹੋ ਜਿਹਾ ਅਹੁਦਾ ਨਹੀਂ ਦਿੱਤਾ ਇਸ ਚੀਜ਼ ਦਾ ਗਿਲਾ ਹੈ I regret that jehdi policies follow kitiyan in some of the areas where I have served have been wrong policies. For instance, my going to Gujarat ji was not palatable to the then Congress. I don't think they swallowed it. It was held against me. Okay. Whereas I felt that it was a national problem and one has to go and give whatever experience one has, places at the disposal of the state government. ਨਾਮ ਤੌਰ 'ਤੇ ਕਿਹਾ ਜਾਂਦਾ ਵਾ ਸਿਕਿਉਰਿਟੀ ਫੋਰਸਿਸ 'ਚ ਤੁਸੀਂ ਜਿਹੜਾ ਤੁਹਾਡਾ ਦੁਸ਼ਮਣ ਆ ਜਾਂ ਜਿਹਨੂੰ ਦੂਸਰੀ ਸਾਈਡ 'ਤੇ ਆ ਤੁਹਾਡੇ ਦੂਜੇ ਪਾਸੇ ਆ ਉਹਨੂੰ ਤੁਸੀਂ ਚੰਗੀ ਤਰ੍ਹਾਂ ਅਸੈਸ ਕਰਦੇ ਜੇ ਤੁਸੀਂ ਕਈ ਥਾਵਾਂ 'ਤੇ ਅਸੈਮ 'ਚ ਵੀ ਰਹੇ ਪੰਜਾਬ 'ਚ ਵੀ ਰਹੇ ਕਸ਼ਮੀਰ ਬਾਰੇ ਵੀ ਤੁਹਾਨੂੰ ਪਤਾ ਹੀ ਆ ਛੱਤੀਸਗੜ੍ਹ ਵੀ ਰਹੇ ਜਿੱਥੇ ਵੋਇਸ ਇਸ਼ੂ ਆ ਤੁਹਾਨੂੰ ਕੀ ਲੱਗਦਾ ਵਾ ਕਿ ਇਹ ਸਾਰੇ ਜਿਹੜੇ ਵੱਖਰੇ ਵੱਖਰੇ ਥਾਵਾਂ 'ਤੇ ਜਿਹੜੇ ਮਿਲੀਟੈਂਟ ਆ ਜਾਂ ਟੈਰਰਿਸਟ ਆ ਇਹਨਾਂ 'ਚੋਂ ਸਭ ਤੋਂ ਜ਼ਿਆਦਾ ਤੁਹਾਨੂੰ ਕੀ ਲੱਗਦਾ ਕਿਹੜਾ ਅੱਤਵਾਦੀ ਆ ਕਿਹੜਾ ਟੈਰਰਿਸਟ ਹੈ ਜਿਹੜਾ ਸਭ ਤੋਂ ਜ਼ਿਆਦਾ ਕਮਿਟਡ ਆ ਕਮਿਟਡ ਇਹਨਾਂ 'ਚੋਂ ਕੋਈ ਵੀ ਨਹੀਂ ਓਕੇ ਦੇ ਆਲ ਇਨ ਇਟ ਫੋਰ ਮਨੀ ਫੋਰ ਵੈਮਨ ਫੋਰ ਅ ਬੈਟਰ ਦ ਗੁੱਡ ਲਾਈਫ ਪਰ ਕਈ ਥਾਵਾਂ 'ਤੇ ਆਈਡੀਓਲੋਜੀਕਲ ਫਾਈਟ ਵੀ ਉਹ ਕਹਿ ਰਹੇ ਅਸੀਂ ਇਸੇ ਕਰਕੇ ਉਹ ਕਹਿੰਦੇ ਜੀ ਮਿਲੀਟੈਂਟ ਔਰ ਟੈਰਰਿਸਟ ਫਰਕ ਆ ਉਹ ਅਸੀਂ ਅੱਤਵਾਦੀ ਨਹੀਂ ਅਸੀਂ ਖਾੜਕੂ ਹਾਂ ਕੋਈ ਫਰਕ ਹੈ ਕੋਈ ਫਰਕ ਨਹੀਂ ਵਾਟ ਦੀ ਟੈਰਰਿਸਟ ਹੇਅਰ ਡਿਡ ਉਹ ਹੀ ਅਸਾਮ 'ਚ ਕਰ ਰਹੇ ਆ ਉਹ ਹੀ ਛੱਤੀਸਗੜ੍ਹ 'ਚ ਕਰ ਰਹੇ ਆ ਦੇਰ ਇਜ਼ ਨੋ ਡਿਫਰੈਂਸ ਪਰ ਉਹ ਕਹਿੰਦੇ ਅਸੀਂ ਇੱਕ ਵਿਚਾਰਧਾਰਾ ਵਾਸਤੇ ਲੜ ਰਹੇ ਹਾਂ ਆਈਡੀਓਲੋਜੀ ਵਾਸਤੇ ਲੜ ਰਹੇ ਹਾਂ ਡਿਸਕਸ ਵਿਦ ਨਕਸਲਾਈਟਸ ਦੇਅਰ ਵਿਚਾਰਧਾਰਾ ਵਾਟ ਇਜ਼ ਦੇਅਰ ਵਿਚਾਰਧਾਰਾ Once you place the mic before them, they endlessly speak. But those, if you analyze those speeches, there's nothing. It adds up to zero, a big zero. But when you were interrogating, they would have no ideology, no commitment? No. No. Not at all. ਇੱਕ ਤੋਂ ਬਾਅਦ ਸਵਾਗਤ ਹੈ ਅਸੀਂ ਗੱਲ ਕਰ ਰਹੇ ਹਾਂ ਕੇ ਪੀ ਐੱਸ ਗਿੱਲ ਹੁਣਾਂ ਨਾਲ ਗਿੱਲ ਸਾਹਿਬ ਤੁਹਾਨੂੰ ਜੋ ਤੁਸੀਂ ਭੂਮਿਕਾ ਪੰਜਾਬ ਦੇ ਵਿੱਚ ਨਿਭਾਈ ਆ ਉਹਦੇ ਵਾਸਤੇ ਤੁਹਾਨੂੰ ਸੁਪਰ ਕੌਪ ਵੀ ਕਿਹਾ ਜਾਂਦਾ ਕਾਫੀ ਲੋਕ ਤੁਹਾਨੂੰ ਹੀਰੋ ਵੀ ਮੰਨਦੇ ਆ ਜਦੋਂ ਤੁਹਾਨੂੰ ਸੁਪਰ ਕੌਪ ਜਾਂ ਹੀਰੋ ਕਿਹਾ ਜਾਂਦਾ ਵਾ ਕਿਹੋ ਜਿਹਾ ਲੱਗਦਾ ਨਥਿੰਗ ਮੱਚ ਬਿਕੋਜ਼ ਦੋਜ਼ ਯੂ ਅਬਿਊਜ਼ ਮੀ ਆਲਸੋ ਆਰ ਅ ਵੈਰੀ ਲਾਰਜ ਨੰਬਰ ਟੂ ਇਟ ਨਿਊਟਰਲਾਈਜ਼ਸ ਬਟ ਦੀ ਇੰਪੋਰਟੈਂਟ ਥਿੰਗ ਇਜ਼ ਦੈਟ ਪੀਸ ਰਿਟਰਨ ਟੂ ਪੰਜਾਬ That terrorism was defeated, which has never been defeated. And I always say ki Punjab di jehdi anti-terrorism campaign si, it was the most humanitarian campaign against terror anywhere in the world, anywhere. Par phir bhi tade khilaf ek ilzam hai
कि जिहड़ी इत्थे मनुखी अधिकारां दी उलंघना होई आ बड़ी वड्डी तादाद ते होई आ और शायद काफ़ी हद तक इस उलंघना वास्ते मनुखी अधिकारां ह्यूमन राइट्स दी वायोलेशन वास्ते तुसी जिम्मेवार जी। उस पहला तो कंप्लेन सी कि जी 18 to 35 years की उम्र का सिख सानू पंजाब नज़र नहीं आता, पंजाब दी स्ट्रीट्स द सिटीज एंड द टाउन्स यू डू नॉट सी सिक्स ऑफ दैट एज ग्रुप। तो मैंने याद है USA तो एक सेनेटर्स ग्रुप ऑफ सेनेटर्स केम टू अमृतसर, वो गोल्डन टेंपल्स गए, अमृतसर दी चक्कर लगाया। नो 18 to 35 वॉज विजिबल एवरीवेयर बिकॉज एज आई सेड सिक्स आर अ वाइब्रेंट पीपल। देन वी टुक देम टू द स्कूल, उत्थे स्कूल स्टार्ट कीता सी जिहड़ा पुलिस डीएवी पुलिस स्कूल जिथे मेनली चिल्ड्रन ऑफ पुलिस ऑफिसर जी वो किल मैं विजिट कीता ते उन्होंने लाइन अप कीता होया सी ते दे सेड हू आर दीज चिल्ड्रन, we said these are children, I wasn't there, local officers ji okay, these are children of police officers killed by the terrorists, 200-300 bacche se. The inquiries stopped because the western civilization doesn't accept this. We accept it every day. We think killing of a police officer is a normal thing. Our society doesn't understand how it functions. ਜਿਹੜੀ ਤੁਸੀਂ ਪੰਜਾਬ ਦੇ ਵਿੱਚ ਟੈਰਰਿਜ਼ਮ ਦਾ ਡੀਲ ਕੀਤਾ ਉਹਨੂੰ ਕਿਹਾ ਜਾਂਦਾ ਜੀ ਵੀ ਉਹ ਤੁਸੀਂ ਗਿੱਲ ਡਾਕਟਰੀਨ ਦੇ ਤਹਿਤ ਉਹਨੂੰ ਟੈਕਲ ਕੀਤਾ। ਗਿੱਲ ਡਾਕਟਰੀਨ ਨੂੰ ਆਪਾਂ ਜੇ ਐਕਸਪਲੇਨ ਕਰਨ ਵਿੱਚ ਕੀ ਹੋਊਗੀ? ਗਿੱਲ ਡਾਕਟਰੀਨ ਇਜ਼ ਦੈਟ ਦ ਬੇਸਿਕ ਥਿੰਗ ਵਾਸ ਦੈਟ If you look at anti-terrorist operations, there is a lot of vicarious punishment. ਇਸ ਪਿੰਡ ਦੇ ਬਾਹਰ ਐਕਸਪਲੋਜਨ ਹੋਈ ਅਤੇ ਇਸ ਪਿੰਡ ਨੂੰ ਤੁਸੀਂ ਟਾਰਗੇਟ ਕਰੋ, ਪਨਿਸ਼ ਦਿਸ ਪਨਿਸ਼ ਮਾਈ ਦਿਸ ਵਾਜ਼ ਗੋ ਫੋਰ ਦ ਰਾਈਟ ਮੈਨ ਐਂਡ ਡੋਂਟ ਬੀ ਇਨ ਅ ਹਰੀ ਗੋ ਫੋਰ ਦੀ ਰਾਈਟ ਮੈਨ ਨੋਟ ਐਵਰੀਬਡੀ ਹਾਂ ਜਿਸ ਨੇ ਕੀਤਾ ਉਸ ਨੂੰ ਪਕੜੋ ਉਸ ਨੂੰ ਮੇਕ ਹਿਮ ਅਕਾਊਂਟੇਬਲ ਤੁਹਾਡੀ ਪਾਲਿਸੀ ਜਿਹੜੀ ਸੀ ਉਹ ਜੂਲੀਓ ਰਿਬੈਰੋ ਜਿਹੜੇ ਤੁਹਾਡੇ ਪ੍ਰੈਡੀਸੈਸਰ ਸੀ ਉਹਦੇ ਨਾਲ ਕਿਵੇਂ ਵੱਖਰੀ ਸੀ? ਜੂਲੀਓ ਰਿਬੈਰੋ ਵਾਸ ਯੂ ਮਸਟ ਹੈਵ ਨੋਟਿਸਡ ਵਾਸ ਕੈਰਿੰਗ ਬੁੱਕਸ ਆਲ ਦ ਟਾਈਮ ਔਨ ਟੈਰਰਿਜ਼ਮ ਆਈ ਨੈਵਰ ਕੈਰੀਡ ਅ ਬੁੱਕ ਔਨ ਟੈਰਰਿਜ਼ਮ ਬਿਕੋਜ਼ ਆਈ ਹੈਡ ਡੈਲਟ ਵਿਦ ਇਟ ਆਈ ਨਿਊ ਵਾਟ ਇਟ ਇਜ਼ ਸੋ ਉਹਨਾਂ ਦੀ ਅਪਰੋਚ ਜਿਹੜੀ ਸੀ ਕਿਤਾਬੀ ਅਪਰੋਚ ਸੀ? ਯੈਸ ਇਟ ਵਾਸ। ਤੁਸੀਂ ਆਪ ਕਿਉਂਕਿ ਆਪ ਤੁਸੀਂ ਸਿੱਖ 'ਚ ਇਸ ਚੀਜ਼ ਦਾ ਤੁਹਾਨੂੰ ਫਾਇਦਾ ਹੋਇਆ ਵੀ ਤੁਸੀਂ ਸਿੱਖ ਸਾਈਕੀ ਕਿਉਂਕਿ ਉੱਧਰ ਸਿੱਖ ਮਿਲੀਟੈਂਟ ਵੀ ਸਿੱਖ ਸੀ ਤੁਸੀਂ ਉਹਦੀ ਸਾਈਕੀ ਨੂੰ ਸਮਝਦੇ ਸੀ ਔਰ ਇਸ ਕਰਕੇ ਤੁਸੀਂ ਉਹਨੂੰ ਨਿਊਟਰਲਾਈਜ਼ ਕਰ ਸਕਦੇ? ਆਈ ਵਾਸ ਇਨ ਅਸਾਮ 27-28 ਸਾਲ ਅਸਾਮ ਸੀ I was posted to the most difficult district for 6 years. I was not transferred. Jehdi apan gill doctrine di gal kar rahe si, gill doctrine de vich excesses koi ohda hissa si, excesses nu rokna ohda koi hissa si? Excesses nu rokna hissa si. There should be no excesses. Par is de bawajood excesses hoye, ohdi zimmewari lende tusi? Because it's a vast force. People at different places were doing different things. And when you are in a live situation, then your psyche also gets affected by that. If your parents have been killed, if you... No, I'm asking this question because when you go to social media, ਉਦੋਂ ਦੇ ਕੁਝ ਐਕਸੈਸਿਸ ਦੀ ਹਾਲੀ ਵੀ ਚਰਚਾ ਹੁੰਦੀ ਆ ਜਿਵੇਂ ਜਸਵੰਤ ਸਿੰਘ ਖਾਲੜਾ ਹਿਊਮਨ ਰਾਈਟ ਐਕਟੀਵਿਸਟ ਇੱਕ ਮਾਰਿਆ ਗਿਆ ਇਹੋ ਜਿਹੇ ਹੋਰ ਵੀ ਐਕਸੈਸਿਸ ਹੋਏ ਇਹਨਾਂ ਨੂੰ ਤੁਸੀਂ ਜਸਵੰਤ ਸਿੰਘ ਖਾਲੜਾ ਜੀ ਆਈ ਹੈਡ ਨੈਵਰ ਇਵਨ ਹਰਡ ਆਫ ਦੈਟ ਮੈਨ ਨੈਵਰ
till I read the reports that he's been killed. So you had no role in his killing? Nonsense. Absolute nonsense. I was amazed at the whole thing they built up. Total lies. And lies propagated not by the family. Lies propagated by all sorts of people. Absolute and complete lies. ਜਿਹੜਾ ਇਸ ਵੇਲੇ ਸੋਸ਼ਲ ਮੀਡੀਆ 'ਤੇ ਐਕਸੈਸਿਸ ਦੀ ਗੱਲ ਹੁੰਦੀ ਆ, ਜ਼ਿਆਦਤੀਆਂ ਦੀ ਗੱਲ ਹੁੰਦੀ ਆ, ਉਹਦੇ 'ਚ ਕੋਈ ਹਕੀਕਤ ਤਾਂ ਹੋਊਗੀ? ਇੱਕ ਵੈਨ ਆਈ ਵੈਂਟ ਟੂ ਇੰਗਲੈਂਡ ਜੀ ਆਈ ਹੈਡ ਗੋਨ ਟੂ ਸਪੇਨ ਟੂ ਰਿਸੀਵ ਦ ਸੇਫ ਸਕਾਈਜ਼ ਆਫ ਵਾਰ ਫਰੋਮ ਦੇਅਰ ਦੀ ਹਾਈ ਕਮਿਸ਼ਨਰ ਕਾਲ ਮੀ ਟੂ ਲੰਡਨ ਸੋ ਦੈਨ ਹੀ ਹੈਡ ਅ ਪ੍ਰੈਸ ਕਾਨਫਰੰਸ ਇਨ ਦ ਪ੍ਰੈਸ ਕਾਨਫਰੰਸ ਆਈ ਸਾ one British journalist advocating the cause of us Sikh gentleman. Wo wahan allege kar raha hai. He was alleging that his son had been done this and that. After 3 months, that journalist wrote to me that I'm sorry, I was participant in a big lie. But he had the grace to write. That was not the case here. As well, bahut sare middle level officers, inspector, DSP, SPs, umar qaid bhugat rahe ya ziyatiyan waste. Aur oh, unhone jo gal kari di ya te oh sare ande ji dekho sade ton eh kuch karwa ke assi fas gaye te senior officers ne apne hath tole. Tuhanu lagda ki senior officers nu eh zimmevariyan leniyan chahidiyan si kyunki unhone kehne te eh sab kuch kita unhone jo vi kita. The people who are in jail were convicted in offenses Ji. Which were tried. Now, there are people who are convicted in the Khalra case. I think that was a miscarriage of justice. There were miscarriages of justice. The courts which had stopped functioning during the height of terrorism Ji. Suddenly became very aware of human rights violations. Suddenly. It was an overnight phenomenon. Don't think it, there was nothing behind it. Nee, I see what you're saying. There was something behind it. Ji. But what was it behind it, I can't say. And it should not have happened, but it happened. ਨਹੀਂ, ਤੁਸੀਂ ਕਿਹਾ ਕਿ ਖਾਲੜਾ ਕੇਸ ਜਿਨ੍ਹਾਂ ਦੀ ਕਨਵਿਕਸ਼ਨ ਹੋਈ ਆ ਉਹ ਮਿਸਕੈਰੇਜ ਆਫ ਜਸਟਿਸ ਸੀ, ਪਰ ਆਫਟਰਆਲ ਜਸਵੰਤ ਸਿੰਘ ਖਾਲੜਾ ਕੋਈ ਖਾੜਕੂ ਨਹੀਂ ਸੀ, ਅੱਤਵਾਦੀ ਨਹੀਂ ਸੀ, ਉਹਨੇ ਕੋਈ ਬੰਦੂਕ ਨਹੀਂ ਸੀ ਚੁੱਕੀ, ਉਹ ਮਾਰਿਆ ਗਿਆ, ਸੋ ਉਹ ਵੀ ਤਾਂ ਮਿਸਕੈਰੇਜ ਆਫ ਜਸਟਿਸ ਹੈ. ਹੂ ਕਿਲਡ ਹਿਮ? ਵਾਜ਼ ਇਟ ਅ ਦਸਿੰਗ ਟੂ ਪੁੱਟ ਦ ਪੁਲਿਸ? ਟਿਲ ਟੂਡੇ ਇਟ ਹੈਜ਼ ਨਾਟ ਬੀਨ ਐਸਟੈਬਲਿਸ਼ਡ ਐਜ਼ ਟੂ ਹੂ ਕਿਲਡ. ਤੁਹਾਨੂੰ ਤਾਂ ਪਤਾ ਹੀ ਹੋਊਗਾ ਕਿਹਨੇ ਮਾਰਿਆ, ਤੁਸੀਂ ਤਾਂ ਡੀਜੀਪੀ ਸੀ ਇੱਥੇ. No, I don't know. I read in the papers. Tusi pata karne di koshish kiti? I did try. I retired. Within a few days of his death, I retired. Tanu ki lagda unnu kinne maria? It could be done by terrorists. And then the blame put on the police. Gil sahab, main vaise hairan hai, tusi ye keh rahe ji, kyunki ye police wale vi nahi kehnde jo tusi keh rahe ji. Kehda police wala kehnda ki main maria? Has any? I was in a debate. Ji. I was called for a debate. And there, I found somebody from the former intelligence officer. So he says that in 56 or something, Mukeriya Thana was attacked. This after. Ji. The Thanas get attacked. Now, you can't stop people from thinking in the way they are programmed to think. He was programmed to think in this way and he's thinking in that. ਬਹੁਤ ਸਾਰੇ ਤੁਹਾਡੇ ਪੁਲਿਸ ਆਫਿਸਰਸ, ਪੰਜਾਬ ਦੇ ਪੁਲਿਸ ਆਫਿਸਰਸ ਬਾਹਰਲੇ ਮੁਲਕਾਂ 'ਚ ਜਾ ਨਹੀਂ ਸਕਦੇ, ਉਹਨਾਂ ਨੂੰ ਕਈ ਥਾਵਾਂ 'ਤੇ ਵੀਜ਼ਾ ਨਹੀਂ ਮਿਲਦਾ, ਕਈ ਥਾਵਾਂ 'ਤੇ ਉਹਨਾਂ ਦੀ ਲਾਈਫ ਨੂੰ ਖਤਰਾ ਵਾ. ਤੁਹਾਨੂੰ ਕੀ ਲੱਗਦਾ ਕਿ ਇਹ ਸਾਰੇ ਦਾ ਕੀ ਅੰਜਾਮ ਹੋਊਗਾ? ਦੇਰ ਵਾਸ ਸਮ ਆਫਿਸਰਸ ਹੂ ਕੁਡ ਨਾਟ ਗੋ, ਉਹ ਜਾਇਆ ਹੈ, ਦੇ ਗਾਟ ਵੀਜ਼ਾ. ਸੋ ਉਹ ਗਵਰਨਮੈਂਟ ਤਰ੍ਹਾਂ ਮਤਲਬ ਚੇਂਜ ਹੋ, ਕਿਉਂਕਿ ਮੈਂ ਉੱਥੇ ਗਿਆ ਵਾਂ ਕੋਈ ਥਾਵਾਂ 'ਤੇ, ਉੱਥੇ ਗੁਰਦੁਆਰਾ ਦੇ ਵਿੱਚ ਇਹਨਾਂ ਪੁਲਿਸ ਆਫਿਸਰਸ ਦੀਆਂ ਫੋਟੋਗ੍ਰਾਫਸ ਲੱਗੀਆਂ ਵਾਂ. ਯੂ ਥਿੰਕ ਦ ਗੁਰਦੁਆਰਾ ਸ਼ੁੱਡ ਬੀ ਯੂਜ਼ ਫੋਰ ਦੈਟ ਪਰਪਸ? ਮੇਰਾ ਖਿਆਲ ਨਹੀਂ ਹੋਣਾ ਚਾਹੀਦਾ. If the Gurdwara is being used wrongly, shayad oh guru da karya se utte Guru Granth Sahib. Why is Sikhism losing numbers?
ਵਾਈ ਆਰ ਦੀ ਪਾਪੂਲੇਸ਼ਨ ਫਾਲਿੰਗ ਡਾਊਨ ਉਹੀ ਸਿੱਖੀ ਜਿਸ 'ਤੇ ਫਖਰ ਕਰਦਾ ਸੀ ਪੂਰਾ ਹਿੰਦੁਸਤਾਨ ਉਹ ਇਹਨਾਂ ਲੋਕਾਂ ਨੇ ਖਤਮ ਕਰਤੀ ਹੈ ਦੇ ਆਰ ਦਾ ਬਿਗੈਸਟ ਕ੍ਰਿਮੀਨਲਸ ਅਗੇਂਸਟ ਸਿੱਖਿਜ਼ਮ ਦਾ ਬਿਗੈਸਟ ਕ੍ਰਿਮੀਨਲਸ ਗਿੱਲ ਸਾਹਿਬ ਬਿਲਕੁਲ ਠੀਕ ਹੈ ਇਹਨਾਂ ਲੋਕਾਂ ਦੇ ਸ਼ਾਇਦ ਗੁਰਦੁਆਰਾ ਦੇ ਵਿੱਚ ਫੋਟੋਆਂ ਨਹੀਂ ਲੱਗਣੀ ਚਾਹੀਦੀਆਂ ਕਿਸੇ ਦੀਆਂ ਵੀ ਪਰ ਉਹਨਾਂ ਦੀ ਇਨਕੁਆਇਰੀ ਤਾਂ ਹੋਣੀ ਚਾਹੀਦੀ ਹੈ ਨਾ ਵੀ ਉਹ ਲੋਕ ਜਿਹੜੇ ਇੱਥੇ ਐਕਸੈਸ ਹੋਏ ਜਿਹੜੇ ਲੋਕ ਬੇਗੁਨਾਹ ਮਾਰੇ ਗਏ ਜਿਹਨੇ ਪੁਲਿਸ ਆਫਿਸਰਸ ਦਾ ਨਾਂ ਲੱਗਦਾ ਵਾ ਉਹਨਾਂ ਦੇ ਖਿਲਾਫ਼ ਇਨਕੁਆਇਰੀ ਹੋਣੀ ਚਾਹੀਦੀ ਹੈ ਇਨਕੁਆਇਰੀ ਹੋਈ ਹੈ ਆਈ ਮੀਨ ਇਫ ਪੁਲਿਸ ਆਫਿਸਰਸ ਆਰ ਇਨ ਜੇਲ ਟੂਡੇ ਜੀ ਵਨ ਕੇਸ ਵੀ ਇਨਵੈਸਟੀਗੇਟਡ ਇਟਸੈਲਫ ਵੀ ਇਨਵੈਸਟੀਗੇਟਡ ਐਂਡ ਇਟ ਇਨ ਕਨਵਿਕਸ਼ਨ ਸੋ ਜਿਹੜੇ ਪੁਲਿਸ ਆਫਿਸਰਸ ਇਸ ਵੇਲੇ ਜੇਲ੍ਹਾਂ ਦੇ ਵਿੱਚ ਆ ਐਂ ਲੱਗਦਾ ਵੀ ਉਹਨਾਂ ਦੇ ਆਪਣੇ ਰਹਿਮੋ ਕਰਮ 'ਤੇ ਉਹਨਾਂ ਨੂੰ ਛੱਡਤਾ ਗਿਆ ਤੁਹਾਨੂੰ ਲੱਗਦਾ ਕਿ ਸਟੇਟ ਜਿਨ੍ਹਾਂ ਨੇ ਉਹਨਾਂ ਤੋਂ ਜੋ ਕੀਤਾ ਉਹਨਾਂ ਨੇ ਉਹ ਕਰਵਾਇਆ ਉਹ ਪ੍ਰੋਟੈਕਟ ਕਰ ਰਹੀ ਉਹਨਾਂ ਨੂੰ ਯੂ ਸੀ ਯੋਰ ਫੰਡਾਮੈਂਟਲ ਕੁਐਸਚਨ ਇਜ਼ ਰੋਂਗ ਓਕੇ ਦ ਸਟੇਟ ਡਿਡਨਟ ਆਸਕ ਦੇਮ ਟੂ ਡੂ ਦਿਸ ਸਟੇਟ ਡਿਡ ਨਾਟ ਆਸਕ ਦੇਮ ਟੂ ਡੂ ਇਫ ਦੇ ਹੈਵ ਡਨ ਸਮਥਿੰਗ ਰੋਂਗ ਦ ਸਟੇਟ ਨੇਵਰ ਆਸਕ ਦੇਮ ਟੂ ਡੂ ਇਟ ਨੋਬਡੀ ਆਸਕ ਦੇਮ ਟੂ ਡੂ ਇਟ ਪਰ ਸਟੇਟ ਨੇ ਰੋਕਣ ਦੀ ਕੋਸ਼ਿਸ਼ ਕੀਤੀ ਉਹਨਾਂ ਨੂੰ ਆਫ ਕੋਰਸ ਵਾਟ ਇਜ਼ ਦੀ ਵਾਟ ਵਾਜ਼ ਦੀ ਟੈਰਰਿਸਟ ਦਿਸ ਥਿੰਗ ਪਹਿਲਾਂ 2.25 ਲੱਖ ਫਿਰ ਲੱਖ ਜੀ ਹਾਊ ਮੈਨੀ ਟੈਰਰਿਸਟ ਵਰ ਕਿਲਡ 10,000 ਇਨ ਸੱਚ ਅ ਵਾਸਟ ਸਿਚੁਏਸ਼ਨ ਦੈਟ ਵਾਜ਼ ਅ ਨੰਬਰ ਆਫ ਟੈਰਰਿਸਟ ਕਿਲਡ ਇਨਕੁਆਇਰੀਜ਼ ਹੈਵ ਬੀਨ ਹੈਲਡ ਸੋ ਮੈਨੀ ਟਾਈਮਸ ਗਿੱਲ ਸਾਹਿਬ ਇਹ ਕੀ ਰੀਜ਼ਨ ਹੈ ਕਿ ਜੋ ਤੁਸੀਂ ਕਹਿ ਰਹੇ ਜੇ ਔਰ ਜੋ ਇੱਕ ਆਮ ਪਰਸੈਪਸ਼ਨ ਆ ਸੋਸ਼ਲ ਮੀਡੀਆ 'ਤੇ ਪੇਪਰ ਜਾਈਏ ਤਾਂ ਪਰਸੈਪਸ਼ਨ ਮਿਲਦੀ ਹੈ ਪਰਸੈਪਸ਼ਨ 'ਚ ਬਹੁਤ ਫਰਕ ਆ ਤੁਹਾਡੇ ਕਹਿਣ ਦੇ ਵਿੱਚ ਦੇਰ ਆਰ 20 ਸਾਈਟਸ ਹੂਜ ਬੇਸਿਕ ਪਰਪਸ ਇਜ਼ ਟੂ ਯੂਜ਼ ਦ ਸੋਸ਼ਲ ਮੀਡੀਆ ਟੂ ਮਿਸਲੀਡ ਦ ਪੀਪਲ ਦੇਰ ਇਜ਼ ਨਥਿੰਗ ਕਾਊਂਟਰ ਨੋਟ ਅ ਸਿੰਗਲ ਥਿੰਗ ਕਾਊਂਟਰ ਨੋਟ ਅ ਸਿੰਗਲ ਥਿੰਗ ਕੰਕਰੀਟ ਕਾਊਂਟਰ ਟੂ ਦੈਟ ਕਾਊਂਟਰ ਇਟ ਓਕੇ ਨਾਈਦਰ ਪੰਜਾਬ ਗਵਰਨਮੈਂਟ ਨਾਰ ਦਾ ਗਵਰਨਮੈਂਟ ਆਫ ਇੰਡੀਆ ਨਾਰ ਐਨੀ ਆਰਗਨਾਈਜੇਸ਼ਨ ਵਾਟ ਐਵਰ ਦੇ ਰਾਈਟ ਗੋਸ ਪਾਸਿਸ ਮਸਟਰ ਪਰ ਤੁਹਾਨੂੰ ਕਦੀ ਇਹ ਚੀਜ਼ ਇਹ ਬੋਦਰ ਕਰਦੀ ਆ ਨੈਸ਼ਨਲੀ ਅਫਕੋਰਸ ਪੀਪਲ ਯੂ ਆਰ ਬੀਂਗ ਟ੍ਰੀਟਡ ਐਜ਼ ਅ ਹੀਰੋ ਐਜ਼ ਅ ਸੁਪਰ ਕੋਪ ਤੁਹਾਨੂੰ ਇਹ ਬੋਦਰ ਕਰਦੀ ਆ ਕਿ ਜਿਸ ਤਰੀਕੇ ਨਾਲ ਤੁਹਾਡਾ ਨਾਂ ਜਿਹੜਾ ਵਾ ਉਹ ਸਿੱਖ ਇਤਿਹਾਸ ਦੇ ਵਿੱਚ ਮੈਂਸ਼ਨ ਹੋ ਰਿਹਾ ਵਾ ਜਾਂ ਜਾਊਗਾ ਵਾਟ ਸਿੱਖ ਇਤਿਹਾਸ ਯੂ ਆਰ ਅ ਸਟੂਡੈਂਟ ਆਫ ਹਿਸਟਰੀ ਐਂਡ ਲਿਟਰੇਚਰ ਵਾਟ ਸਿੱਖ ਇਤਿਹਾਸ ਅ ਟਿਸ਼ੂ ਆਫ ਲਾਈਫ ਵਿਚ ਦੀਸ ਪੀਪਲ ਆਰ ਪੁਟਿੰਗ ਆਊਟ ਮਹਾਂਚੂਰ ਜਿਹੜਾ ਇਹ ਬੋਲ ਰਹੇ ਆ ਪਿੰਡਾਂ ਵਾਲੇ ਦੇ ਫੋਲੋਅਰਸ ਇਹ ਸਿੱਖੀ ਨੂੰ ਰੈਪ੍ਰਜੈਂਟ ਕਰਦੇ ਇਹ ਸਿੱਖੀ ਹੈ ਜਿਹੜੀ ਅਸੀਂ ਗਰੋ ਅਪ ਕੀਤੀ ਹੈਂ ਸੋ ਕੀ ਕਰਨ ਦੀ ਲੋੜ ਆ ਤੁਹਾਡੇ ਹਿਸਾਬ ਨਾਲ ਇੱਕ ਪਰਸੈਪਸ਼ਨ ਵੀ ਹੈਵ ਟੂ ਗੈਟ ਬੈਕ ਟੂ ਆਰ ਰੂਟਸ ਨਹੀਂ ਤਾਂ ਮਰ ਜਾਵਾਂਗੇ ਸਾਰੇ ਖਤਮ ਹੋ ਜੂਗੀ ਸਿੱਖੀ ਅਨਲੈਸ ਵੀ ਗੈਟ ਬੈਕ ਟੂ ਆਰ ਰੂਟਸ ਵੀ ਹੈਵ ਲੈਫਟ ਦੈਮ ਫਾਰ ਅਵੇ ਸੋ ਕੀ ਕਰਨ ਦੀ ਲੋੜ ਆ ਟੂਡੇ ਦ ਲੀਡਰਸ਼ਿਪ ਜਿਹੜੀ ਪੋਲੀਟੀਕਲ ਲੀਡਰਸ਼ਿਪ ਹੈ ਦੈਟ ਮਸਟ ਰੀਡਿਸਕਵਰ ਸਿੱਖਿਜ਼ਮ ਵੇਅਰ ਇਜ਼ ਸਿੱਖਿਜ਼ਮ ਦਿਖਾਓ ਮੈਨੂੰ ਕਿੱਥੇ ਅੰਮ੍ਰਿਤਸਰ 'ਚ ਸਿੱਖਿਜ਼ਮ ਹੈ ਯੂ ਥਿੰਕ ਦੀ SGBC ਰਿਪ੍ਰਜੈਂਟ ਸਿੱਖਿਜ਼ਮ ਯੂ ਥਿੰਕ ਐਨੀ ਪੋਲੀਟੀਕਲ ਪਾਰਟੀ ਰਿਪ੍ਰਜੈਂਟ ਸਿੱਖਿਜ਼ਮ ਦ ਸਿੱਖਿਜ਼ਮ ਆਫ ਗੁਰੂ ਨਾਨਕ ਐਂਡ ਗੁਰੂ ਗੋਬਿੰਦ ਸਿੰਘ ਗਿੱਲ ਸਾਹਿਬ ਤੁਸੀਂ 70s ਦੀ ਜਿੱਥੇ ਜਿੱਥੇ ਵੀ ਹਿੰਸਾ ਹੋਈ ਟੈਰਰਿਸਟ ਹਿੰਸਾ ਹੋਈ ਉਹ ਦੇਖੀ ਆ 80s 90s 2000 ਵੀ ਕਸ਼ਮੀਰ 'ਚ ਵੀ ਪੰਜਾਬ 'ਚ ਵੀ ਹੁਣ ਤਾਲਿਬਾਨ ਦੀ ਟੈਰਰਿਜ਼ਮ ਆਪਾਂ ਦੇਖ ਰਹੇ ਹਾਂ ਦੁਨੀਆ ਦੇ ਵੱਖਰੇ ਵੱਖਰੇ ਹਿੱਸਿਆਂ 'ਚ ਤੁਹਾਨੂੰ ਕੀ ਲੱਗਦਾ ਕਿ ਵਾਟ ਇਜ਼ ਦੀ ਟੈਰਰਿਜ਼ਮ ਆਫ ਦੀ ਫਿਊਚਰ ਅੱਜ ਤੋਂ 10 ਸਾਲ ਬਾਅਦ ਉਹਦਾ ਕੀ ਰੂਪ ਹੋਊਗਾ young boys picking up guns and shooting there in schools those are not terrorist incidents and there you find the urban world is creating a world which indulges in senseless violence or unfortunately the emerging terrorism today is linked to one religion and the here one thing you have to admit ji that a large number of Sikhs objected to terrorism they spoke against it they fought against it shayad unhon ne police nu madad bhi kiti bahut ne unfortunately that is not happening to the extent it should in the community which is now being
besieged by terror. This is the Muslim community? Yes. So that is a danger. ਇਹ ਤਾਂ ਫਿਰ ਕਾਫੀ ਚਿੰਤਾ ਦਾ ਵਿਸ਼ਾ ਹੈ. That is a dangerous thing. Very dangerous. ਗਿੱਲ ਸਾਹਿਬ, ਕਿਉਂਕਿ ਸਾਡਾ ਜਿਹੜਾ ਚੈਨਲ ਹੈ ਇਹ ਨਾਰਥ ਅਮਰੀਕਾ 'ਚ ਆ, ਉੱਥੇ ਕਾਫੀ ਲੋਕ ਜਿਹੜੇ ਆ ਉਹ ਤੁਹਾਨੂੰ ਇਹ ਕਹਿੰਦੇ ਆ, ਤੁਹਾਡੇ ਖਿਲਾਫ਼ ਇਲਜ਼ਾਮ ਲਾਉਂਦੇ ਆ, ਉਹ ਸੋਚਦੇ ਆ ਕਿ ਤੁਸੀਂ ਸ਼ਾਇਦ ਯੰਗ ਸਿੱਖਾਂ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਹੈ. ਉਹਨਾਂ ਨੂੰ ਕੁਛ ਕਹਿਣਾ ਚਾਹੋਗੇ? ਉਹਨਾਂ ਕਹਿਣਾ ਚਾਹੂੰਗਾ ਕਿ ਸਿੱਖੀ ਨੂੰ ਰੀਡਿਸਕਵਰ ਕਰੋ. ਪਿੰਡਾਂ ਵਾਲੇ ਨੂੰ ਹੀਰੋ ਨਾ ਸਮਝੋ. ਹੀ ਵਾਜ਼ ਨੋ ਹੀਰੋ. ਰੀਡਿਸਕਵਰ ਦ ਟਰੂ ਹੀਰੋਜ਼ ਆਫ ਸਿੱਖਿਜ਼ਮ ਐਂਡ ਰੀਡਿਸਕਵਰ ਵਟ ਯੋਰ ਬਾਣੀ ਸੇਜ਼. ਡੋਂਟ ਗੋ ਬਾਈ ਦ ਲੈਕਚਰਸ ਇਨ ਗੁਰਦੁਆਰਾਜ਼ ਮੇਡ ਬਾਈ ਮਿਲੀਟੈਂਟਸ. ਉਹ ਕਹਿੰਦੇ ਆ, ਇਹ ਜਦੋਂ ਆਰਗੂਮੈਂਟ ਇਹ ਦੇਈਦੀ ਆ, ਉਹ ਕਹਿੰਦੇ ਆ ਵੀ ਐਟਲੀਸਟ ਦੀ ਮੈਨ ਸਟੂਡ ਬਾਈ ਵਟ ਹੀ ਸੈਡ. ਵਟ ਡਿਡ ਹੀ ਸੇ? ਉਹਨੇ ਕਿਹਾ ਸੀ ਮੈਂ ਦਰਬਾਰ ਸਾਹਿਬ ਦੀ ਪ੍ਰੋਟੈਕਸ਼ਨ ਕਰਨੀ ਆ ਐਂਡ ਹੀ ਡਾਈਡ ਪ੍ਰੋਟੈਕਟਿੰਗ ਇਟ. ਦੈਟਸ ਵਟ ਦੀ ਆਰਗੂਮੈਂਟ ਇਜ਼. ਨੌਨਸੈਂਸ. ਹੈਵ ਯੂ ਹਰਡ ਹਿਸ ਸਪੀਚਸ? ਦੇਰ ਵਰ 10 ਕੈਸੇਟਸ ਆਫ ਹਿਸ ਸਪੀਚਸ ਵਿਚ ਆਈ ਹੈਵ ਹਰਡ. ਹੀ ਸਪੋਕ ਨੌਨਸੈਂਸ. ਦਰਬਾਰ ਸਾਹਿਬ ਦੀ ਪ੍ਰੋਟੈਕਸ਼ਨ? He couldn't protect anything. And it's a fact, I have said it again and again, that Operation Blue Star or something, that was a terrible blunder. It should never have been done. Operation Blue Star should never have been done. But it was done because the officers who were there, they said, oh, those candidates are khatam ho gaye. ਗਿੱਲ ਸਾਹਿਬ, ਬਹੁਤ ਬਹੁਤ ਧੰਨਵਾਦ, ਤੁਸੀਂ ਸਮਾਂ ਕੱਢ ਕੇ ਸਾਡੇ ਨਾਲ ਡਿਟੇਲ ਦੇ ਵਿੱਚ ਗੱਲ ਕੀਤੀ. ਥੈਂਕ ਯੂ ਵੈਰੀ ਮੱਚ. ਥੈਂਕ ਯੂ. ਇਹ ਸਨ ਪੰਜਾਬ ਦੇ ਸਾਬਕਾ DGP ਕੰਵਰ ਪਾਲ ਸਿੰਘ ਗਿੱਲ. ਅੱਜ ਉਹਨਾਂ ਨੇ ਸਾਡੇ ਨਾਲ ਬੜੀ ਡਿਟੇਲ ਦੇ ਵਿੱਚ ਗੱਲ ਕੀਤੀ ਕਿ ਉਹਨਾਂ ਦੇ ਪੰਜਾਬ ਦੇ ਵਿੱਚ ਉਹਨਾਂ ਦਾ ਟੈਰਰਿਜ਼ਮ ਫੇਸ ਦੇ ਵਿੱਚ ਇੱਥੇ ਟੈਨਿਊਰ ਕਿਹੋ ਜਿਹਾ ਰਿਹਾ, ਔਰ ਉਹਨਾਂ 'ਤੇ ਜਿਹੜੀਆਂ ਲਗਾਤਾਰ ਐਲੀਗੇਸ਼ਨ ਲੱਗ ਰਹੀਆਂ ਵਾਂ, ਉਹਨਾਂ ਨੇ ਉਹਦਾ ਬੜੀ ਡਿਟੇਲ ਦੇ ਵਿੱਚ ਸਾਡੇ ਨਾਲ ਉਹਨਾਂ ਨੇ ਜਵਾਬ ਵੀ ਦਿੱਤਾ. ਇਸ ਇੰਟਰਵਿਊ ਬਾਰੇ ਤੁਸੀਂ ਕੀ ਸੋਚਦੇ ਜੇ? ਸਾਨੂੰ ਆਪਣੇ ਵਿਚਾਰ ਜ਼ਰੂਰ ਭੇਜਿਓ. ਧੰਨਵਾਦ.